ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਨੌਜਵਾਨ ਦੀ ਦਰਦਨਾਕ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਆ ਰਿਹਾ ਸੀ ਤਾਂ ਉਸਦੀ ਕਾਰ ਬੇਕਾਬੂ ਹੋ ਗਈ ਅਤੇ ਬੇਕਾਬੂ ਹੋ ਕੇ ਇੱਕ ਸਕੂਟੀ ਦੇ ਉੱਤੇ ਸਵਾਰ ਹੋ ਕੇ ਨੌਜਵਾਨ ਜਾ ਰਿਹਾ ਸੀ ਤਾਂ ਉਸਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ। ਹਾਲਾਂਕਿ ਟੱਕਰ ਇੰਨੀ ਭਿਆਨਕ ਸੀ ਕਿ ਕਿਹਾ ਜਾ ਰਿਹਾ ਕਿ ਜੋ ਸਕੂਟੀ ਸਵਾਰ ਨੌਜਵਾਨ ਹੈ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜੋ ਕਾਰ ਸਵਾਰ ਪੁਲਿਸ ਮੁਲਾਜ਼ਮ ਸੀ ਉਸਦੇ ਸਿਰ ਦੇ ਵਿੱਚ ਸ਼ੀਸ਼ਾ ਲੱਗਿਆ ਗੱਡੀ ਦਾ, ਜਿਸ ਤੋਂ ਬਾਅਦ ਉਸਨੇ ਵੀ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਗੱਡੀ ਹੈ ਉਹ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋ ਗਈ ਹੈ। ਦਰਅਸਲ ਪੂਰਾ ਮਾਮਲਾ ਕੀ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਜੋ ਕਿ ਪੈਟਰੋਲ ਪੰਪ ਦੇ ਉੱਤੇ ਕੰਮ ਕਰਦਾ ਸੀ ਅਤੇ ਕੰਮ ਤੋਂ ਬਾਅਦ ਜਦੋਂ ਰਾਤ ਨੂੰ ਉਹ ਸਕੂਟੀ ਦੇ ਉੱਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਪਿੱਛੋਂ ਦੀ ਇੱਕ ਪੁਲਿਸ ਮੁਲਾਜ਼ਮ ਕਾਰ ਦੇ ਵਿੱਚ ਸਵਾਰ ਹੋ ਕੇ ਆ ਰਿਹਾ ਸੀ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਇਹ ਵੀ ਜਾ ਰਿਹਾ ਕਿ ਕਾਰ ਕਾਫ਼ੀ ਜ਼ਿਆਦਾ ਰਫ਼ਤਾਰ 'ਤੇ ਸੀ ਅਤੇ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਿੱਧੀ ਜਾ ਕੇ ਪਿੱਛੋਂ ਦੀ ਸਕੂਟੀ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦੀ ਹੈ। ਨੌਜਵਾਨ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ ਅਤੇ ਉਸਦਾ ਸਿਰ ਜੋ ਹੈ ਉਹ ਜ਼ਮੀਨ ਦੇ ਨਾਲ ਵੱਜਦਾ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਹਾਲਾਂਕਿ ਰਾਹਗੀਰਾਂ ਦੀ ਮਦਦ ਦੇ ਨਾਲ ਜਦੋਂ ਕਾਰ ਦੇ ਵਿੱਚੋਂ ਪੁਲਿਸ ਮੁਲਾਜ਼ਮ ਨੂੰ ਕੱਢਿਆ ਗਿਆ ਤਾਂ ਉਹ ਵੀ ਬੇਹੋਸ਼ ਸੀ, ਪਰ ਕਿਹਾ ਜਾ ਰਿਹਾ ਕਿ ਜਦ ਤੱਕ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਉਦੋਂ ਤੱਕ ਉਸਦੀ ਵੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਬੇਹੱਦ ਹੀ ਦਰਦਨਾਕ ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨਾਮ ਮੇਰਾ ਭਾਜੀ ਅਜੇਪ੍ਰੀਤ ਸਿੰਘ, ਸਾਲਾ ਮੇਰਾ ਪੈਟਰੋਲ ਪੰਪ 'ਤੇ ਕਰਦਾ ਸੀਗਾ ਨੌਕਰੀ, ਉਹ ਇੰਡੀਅਨ ਅਮਰਜੀਤ ਸਿੰਘ ਸਤਿਕਾਰ ਪੈਲਸ ਦੇ ਸਾਹਮਣੇ ਇੰਡੀਅਨ ਪੈਟਰੋਲ ਪੰਪ ਉੱਥੇ ਕਰਦਾ ਸੀਗਾ ਨੌਕਰੀ। ਪੌਣੇ ਕੁ 10 ਵਜੇ ਮੇਰੇ ਖਿਆਲ ਟਾਈਮ ਸੀਗਾ ਅਤੇ ਉਹ ਡਿਊਟੀ ਔਫ ਹੋਈ ਤਾਂ ਘਰ ਨੂੰ ਜਾ ਰਿਹਾ ਸੀਗਾ ਵਾਪਸ, ਤਾਂ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆਈ ਤਾਂ ਉਹਦੇ ਵਿੱਚ ਜਾ ਕੇ ਟਕਰਾਈ, ਪਿੱਛੋਂ ਟੱਕਰ ਮਾਰੀ ਤਾਂ ਅਗਲੇ ਸਾਈਡ ਉਹਦਾ ਗਿਰਨੇ ਕਾਰਨ ਮੌਕੇ 'ਤੇ ਮੌਤ ਹੋ ਗਈ। ਭਾਅ ਜੀ ਕਿਹਦੇ 'ਤੇ ਸਵਾਰ ਸੀ ਉਹ? ਸਕੂਟੀ 'ਤੇ ਸੀਗਾ, ਹਾਂਜੀ ਅਮਰਜੀਤ ਸਕੂਟੀ 'ਤੇ ਸਵਾਰ ਸੀਗਾ, ਤਾਂ ਪੁਲਿਸ ਮੁਲਾਜ਼ਮ ਹੀ ਗਿਆ ਭਾਜੀ ਜੋ ਪਿੱਛੋਂ ਆ ਰਹੇ ਸੀਗੇ ਗੱਡੀ 'ਤੇ ਡਰਾਈਵਿੰਗ ਕਰਕੇ, ਉਹਨਾਂ ਨੇ ਤੇਜ਼ ਰਫ਼ਤਾਰ ਗੱਡੀ ਲਿਆਂਦੀ ਤਾਂ ਪਿੱਛੋਂ ਮਾਰੀ ਆਣ ਕੇ ਤਾਂ ਮੌਕੇ 'ਤੇ ਅਮਰਜੀਤ ਦੀ ਮੌਤ ਹੋ ਗਈ। ਪਰਿਵਾਰ 'ਚੋਂ ਕੌਣ ਕੌਣ ਅਮਰਜੀਤ? ਪਰਿਵਾਰ 'ਚੋਂ ਭਾਜੀ 3 ਭੈਣਾਂ ਜੀ ਅਤੇ ਇਕੱਲਾ ਇਕੱਲਾ ਬ੍ਰਦਰ ਸੀਗਾ, ਹਾਂਜੀ ਅਤੇ ਮਦਰ ਫਾਦਰ ਨੇ, ਹਾਂਜੀ ਅਤੇ ਮਾਰਨ ਵਾਲੇ ਭਾਜੀ ਆਪਣੇ ਉਹ ਮੁਲਾਜ਼ਮ ਭਾਈ ਜੀ। ਕਮਾਉਣ ਵਾਲਾ ਕੌਣ ਸੀ? ਕਮਾਉਣ ਵਾਲਾ ਘਰ ਫਾਦਰ ਹੋਮਗਾਰਡ ਦੀ ਡਿਊਟੀ ਕਰਦੇ ਨਾ ਅਤੇ ਪੈਟਰੋਲ ਪੰਪ 'ਤੇ ਜੋ ਵੀ ਗਾ ਥੋੜ੍ਹੀ ਬਹੁਤ ਸੈਲਰੀ ਨਾਲ ਗੁਜ਼ਾਰਾ ਕਰਦੇ ਸੀ ਭਾਈ। ਉਹਨਾਂ ਦੀ ਵੀ ਮੌਤ ਹੋ ਗਈ? ਹਾਂਜੀ ਭਾਜੀ ਉਹਨਾਂ ਦੀ ਮੌਤ ਹੋ ਗਈ। ਰਾਤੀ ਐਕਸੀਡੈਂਟ ਹੋਇਆ, ਮਾਡਾ ਭੈਣ ਦਾ ਲੜਕਾ ਸੀ ਅਮਰਜੀਤ ਸਿੰਘ ਪੰਪ 'ਤੇ ਡਿਊਟੀ ਕਰਦਾ ਸੀ, ਉੱਥੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ, ਪਿੱਛੋਂ ਗੱਡੀ ਆਈ ਫੁੱਲ ਸਪੀਡ 'ਚ ਉਹਦੇ ਵਿੱਚ ਮਾਰੀ, ਉਹਨੂੰ ਚੁੱਕ ਕੇ ਅਗਲੇ ਬੰਨੇ ਬੁੰਡ 'ਤੇ ਮਾਰ ਕੇ ਅਗਲੇ ਬੰਨੇ ਡਿੱਗਾ ਜਾ ਕੇ ਅਤੇ ਸਰ ਜੀ ਉਹਦਾ ਸਿਰ ਪਿੱਛੋਂ ਸਾਰਾ ਖੁੱਲ੍ਹ ਗਿਆ ਅਤੇ ਉਹਦੀ ਮੌਕੇ 'ਤੇ ਮੌਤ ਹੋ ਗਈ ਹੈ ਜੀ। ਮਾਰੀ ਕਿਹਦੇ ਗੱਡੀ ਕੌਣ ਸੀ? ਮਾਰੀ ਉਹ ਪੁਲਿਸ ਮੁਲਾਜ਼ਮ ਹੈ ਜੀ, ਕੋਈ ਘਰੋਂ ਡਿਊਟੀ ਤੋਂ ਵੀ ਪਤਾ ਨਹੀਂ, ਕਹਿੰਦੇ ਡਿਊਟੀ ਤੋਂ ਜਾ ਰਿਹਾ ਹੁਣ ਇਹ ਤਾਂ ਪਤਾ ਨਹੀਂ ਡਿਊਟੀ ਤੋਂ ਜਾ ਰਿਹਾ ਜੀ ਕੀ ਹੈ ਜੀ ਉਹਨਾਂ ਨੇ। ਉਹਦੀ ਵੀ ਡੈਥ ਹੋਈ? ਹਾਂਜੀ ਉਹਨਾਂ ਦੀ ਵੀ ਡੈਥ ਹੋ ਗਈ ਜੀ, ਹਸਪਤਾਲ 'ਚ ਆ ਕੇ ਉਹ ਵੀ ਦਮ ਤੋੜ ਗਏ। ਸਿਰ ਉਹਦਾ ਵੱਜਾ ਸ਼ੀਸ਼ੇ? ਹਾਂਜੀ ਸਿਰ ਉਹਨਾਂ ਦਾ ਵੱਜਾ, ਗੱਡੀ ਵਾਲੇ ਦਾ ਸ਼ੀਸ਼ੇ ਨਾਲ ਸਿਰ ਵੱਜਣ ਕਰਕੇ ਉਹੀ ਸਾਡੇ ਲੜਕੇ ਦਾ ਸਿਰ ਸਾਰਾ ਖੁੱਲ੍ਹ ਗਿਆ ਮਗਲੇ ਬੰਨੇ ਜੀ।